ਲੱਗ ਜੂ ਪਤਾ ਬਾਪੂ ਅੱਜ ਲੱਗ ਜੂ ਕਰਤੀ ਵੀਰ ਨਾਲ ਜੈਡ ਬਲੈਕ ਉਹ ਬੂਟੇ ਥੋੜੇ ਥੜ ਗੇੜੇ ਪਏ ਵਾਲੇ ਸੀ ਨਾ ਟੈਗ ਨਹੀਂ ਮੈਂ ਤਾਂ ਕੰਮ ਕਰਨ ਕੰਮ ਤੋਂ ਬਿਨਾਂ ਨਿਕਲ ਜਾਣਾ ਭੈਣ ਦਾ ਮਹੀਨੇ ਓਏ 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 ਭਰਾਵਾ ਆ ਜਾ ਆ ਸਬਜ਼ੀ ਵਾਲੀ ਠੰਡੀ ਹੋਣੀ ਲੱਗੀ ਲਿਆਓ ਕਰੀਏ ਸਟਾਰਟ ਗੱਡੀ ਗੁਰੂ ਆ ਗੱਡੀ ਦੀ ਹੋ ਗਈ ਬੈਟਰੀ ਇਹ ਪਾਰਕ ਬਣਾਈ ਵੀ ਇਸ ਹਾੜਾ ਜੋ ਸਵੇਰੇ ਇਹ ਮੇਰਾ ਭਰਾ ਚਲ ਗਿਆ ਵਾ ਇਹ ਨਹੀਂ ਯਾਦਰ ਕਿੰਨੇ ਚਿਰ ਤੋਂ ਫੋਨ ਲਾਇਆ ਮੈਂ ਭੈਣ ਦੇ ਮੇਰਾ ਖਾਲੀ ਥਾਂ ਨਹੀਂ ਪਿਆ ਘਰ ਦੇ ਸਾਈਡ ਤੇ ਨੀਰ ਦਾ ਵੀ ਚਾਹ ਹੀ ਰਹਿ ਲੈ ਗੁਰੀ ਨੇ ਤੇ ਲੈਵੜਾ ਸੀ ਤੇ ਮੁੜ ਕੇ ਯਾਰ ਅੱਗ ਦੀ ਡਿਕਸ਼ਨ ਤੇ ਅੱਜ ਆਉਣਗੇ ਜੱਗੀ ਹਣੀ ਤੇ ਨਾਨੂ ਹਣੀ ਫਿਰ ਆਪਾਂ ਟੋਜਨ ਮੁਕਾਬਲਾ ਕਰਾਉਣਾ ਜੇ ਕਮੈਂਟ ਵਧੀਆ ਲੱਗਦੇ ਉਹਨਾਂ ਨੂੰ ਲਾਈਕ ਵੀ ਕਰਿਆ ਕਰਾਂਗੇ ਵਲੌਗ ਦੀ ਸ਼ੁਰੂਆਤ ਆ ਭਰਾਵਾਂ ਤੋਂ ਹੋਊਗੀ ਹੈ ਕਿਆ ਬਾਤਾਂ ਹੀ ਆ ਪਈਆਂ ਉਸਤਾਦ ਜੀ ਹੈ ਥੈਂਕ ਯੂ ਮੇਰੀ ਜਾਨ ਲਵ ਯੂ ਆ ਮਿੱਤਰੋ ਅੱਜ ਦੀ ਵਲੌਗ ਦੀ ਸ਼ੁਰੂਆਤ ਤੁਹਾਡੇ ਤੋਂ ਕੀਤੀ ਆ ਵੇਨੇ ਭਲਾ ਕਿੰਨਾ ਚੱਲਦਾ ਹੈ ਲਓ ਜੀ ਗੁੱਡ ਮਾਰਨਿੰਗ ਹੋ ਗਈ ਆ ਅਤੇ ਪੰਜਾਬੀਆਂ ਨੂੰ ਮੇਰੇ ਕੋਲ ਸਤਿ ਸ਼੍ਰੀ ਅਕਾਲ ਹੈ ਦੋਵੇਂ ਕਹਿਤੀਆਂ ਜੀ ਆਪਾਂ ਠੀਕ ਆ ਅਤੇ ਬਾਕੀ ਅੱਜ ਪਹਿਲਾਂ ਤਾਂ ਗੁਰੂ ਮਹਾਰਾਜ ਦੇ ਮੱਥਾ ਟੇਕ ਕੇ ਆਈਏ ਦਰਸ਼ਨ ਮੇਲੇ ਕਰਕੇ ਆਈਏ ਸਜਦਾ ਕਰਕੇ ਆਈਏ ਮਾਲਕ ਸੱਚੇ ਪਾਤਸ਼ਾਹ ਨੇ ਜਿੰਨੀ ਇੰਨੀ ਸੋਹਣੀ ਜ਼ਿੰਦਗੀ ਦਿੱਤੀ ਆਪਾਂ ਨੂੰ ਸਾਰਿਆਂ ਨੂੰ ਤੁਸੀਂ ਵੀ ਜਾਇਆ ਕਰੋ ਠੀਕ ਹੈ ਅਤੇ ਬਾਕੀ ਬਣਾਉਂਦੇ ਹਾਂ ਵਲੌਗ ਫਿਰ ਸਾਰੇ ਦਿਨ ਦਾ ਬਹੁਤ ਕੰਮ ਕਰਨਾ ਅੱਜ ਵੀ ਮਿਸਤਰੀ ਲੱਗੇ ਕੰਮ ਤਾਂ ਮੁੱਕਣੇ ਨਹੀਂ ਹੁਣ ਅਤੇ ਇੱਕ ਅੱਜ ਰਾਣੀ ਦੇ ਸ਼ੀਸ਼ੇ ਕਰਾਉਣੇ ਕਾਲੇ ਅਤੇ ਉਹ ਵੀ ਵੀਰ ਹੋਣਾ ਨੇ ਆ ਜਾਣਾ ਲੈ ਵੀ ਮਤਲਬ ਵਿਊ ਚੈੱਕ ਕਰੋ ਤੁਸੀਂ ਅੱਜ ਹੈ ਕਾਹਨੂੰ ਗੱਲਾਂ ਹੀ ਆ ਪਈਆਂ ਕਾਹਨੂੰ ਗੱਲਾਂ ਹੈ ਅਤੇ ਆਹ ਪਾਰਕ ਵੀ ਬਾਬੇ ਦੀ ਕਿਰਪਾ ਨਾਲ ਬੜੇ ਟਿਕਾਣੇ 'ਤੇ ਬਣੀ ਆ ਆਹ ਉੱਥੇ ਬਹਿ ਕੇ ਜੋ ਚਾਹ ਪੀਆ ਕਰਨੀ ਆ ਹਾਲੇ ਸਿੱਧੀ ਧੁੱਪ ਆ ਤਾਂ ਜਦੋਂ ਗਰਮੀਆਂ ਵਾ ਤਾਂ ਆਪਾਂ ਜਾਮਣ ਦਾ ਬੂਟਾ ਰਖਾਇਆ ਵਾ ਇਹਦੀ ਛਾਂ ਇਸ ਨੂੰ ਕਰਿਆ ਜਾ ਕਰਨੀ ਆ ਓਕੇ ਰਿਪੋਰਟ ਹੋ ਜਾਣਾ ਕੰਮ ਬਾਕੀ ਭਰਾ ਹੋਣੀ ਹਜੇ ਕਰਨ ਦੇ ਤਿਆਰ ਹੌਲੀ ਹੌਲੀ ਲੱਗੂ ਟਾਈਮ ਮੈਨੂੰ ਹਜੇ ਪਿੰਡਾਂ ਦੇ ਵਿੱਚ ਨਾ ਕੰਮ ਬੜਾ ਹੁੰਦਾ ਚਵਲਾਂ ਪਾ ਕੇ ਬਾਹਰ ਗਿਆ ਅਤੇ ਮਿੱਟੀ ਲੱਗ ਗਈ ਹੈ ਅਤੇ ਜੇ ਹੁਣ ਗੰਦੇ ਪੈ ਲਏ ਘਰੇ ਗਿਆ ਨਾ ਅਤੇ ਮਾਤਾ ਮੰਨੇ ਕੱਢੀਆਂ ਕਰਾਂਗੇ ਆਹ ਕਿਹੜਾ ਪੈਰ ਲਪੇਟ ਕੇ ਆ ਗਿਆ ਹੈ ਚੰਗਾ ਆਪਾਂ ਸਾਫ ਕਰਕੇ ਦੇਈਏ ਆਹ ਹੋ ਗਈਆਂ ਪਿਊਮਾ ਪਿਆਮਾ ਦੇ ਚਵਲਾਂ ਕੋਈ ਫਾਇਦਾ ਨਹੀਂ ਪਿੰਡ ਪਿਊਮਾ ਪਿਆਮਾ ਚਵਲਾਂ ਪਾਉਣ ਦਾ ਇੱਥੇ ਕੈਂਚੀ ਚੱਲਦੀਆਂ ਆਹ ਵੀ ਬਿੜ ਕੇ ਲੈਂਦਾ ਉਹ ਧੋਈਆਂ ਧੋਣੀਆਂ ਪੈਣੀਆਂ ਅੱਜ ਅਤੇ ਬਾਕੀ ਲੱਕੀ ਬਾਦਸ਼ਾਹ ਚੱਲ ਗਿਆ ਪਿੰਡ ਨੂੰ ਅੱਜ ਅਤੇ ਅੱਜ ਆਉਣਗੇ ਜੱਗੀ ਹੋਣੀ ਅਤੇ ਨਾਨੂ ਹੋਣੀ ਅਤੇ ਆਪਾਂ ਨਹਾਈਏ ਤਾਂ ਚੱਲੀਏ ਹੁਣ ਲੋਏ ਲੋਏ ਹੁਣ ਨਚਰ ਨੂੰ ਆਉਂਦੇ ਬਾਪੂ ਹੋਣਾ ਉੱਠ ਪੈਣਾ ਫਿਰ ਲਾਉਂਦੇ ਹਾਂ ਰੌਣਕਾਂ ਆਪਾਂ ਆ ਕੇ ਪਿਦਕੂ ਓਏ ਪਾਬਲੋ ਕਿੱਦਾਂ ਮੇਰਾ ਪੁੱਤ ਤੂੰ ਮਾਮਾ ਇੱਥੇ ਥੱਲੇ ਰਿਹਾ ਫਿਰਦਾ ਹਾਏ 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 ਹਾਂ ਕੀ ਗੱਲ ਹੈ ਸਰਪੰਚ ਸਾਹਿਬ ਵੀ ਉੱਠ ਪਿਆ ਆਪਣੇ ਹੈ ਸਰਪੰਚ ਸਰਪੰਚ ਨਾਲ ਤੇ ਪੈ ਗਿਆ ਪਾਬਲੋ ਦਾ ਹੈ ਸਰਪੰਚ ਨਾਲ ਸੌਂਦਾ ਸਰਪੰਚ ਕੋਈ ਖਾਂਦਾ ਪੀਂਦਾ ਹੈ ਹੋ ਗਿਆ ਐਕਟਿਵ ਨਾ ਅੱਗੇ ਨਾਲ ਆਪਾਂ ਤਾਂ ਹੋ ਗਏ ਜੀ ਰੈਡੀ ਸਰਪੰਚ ਬਣਾਉਣ ਡੈਮ ਔਰਸ 'ਤੇ ਖਾ ਕੇ ਆਪਾਂ ਚੱਲੀਏ ਪੱਪਲਾਂ 'ਚ ਹੀ ਜਾਣਾ ਚੱਪਲਾਂ 'ਚ ਚੱਪਲਾਂ 'ਚ ਹੀ ਜਾਣਾ ਅੱਜ ਅਸਲ ਦੇ ਵਿੱਚ ਨਾ ਬੰਦੇ ਨੂੰ ਨਾ ਆਪਣਾ ਜਿਸ 'ਚ ਬੰਦਾ ਕੰਫਰਟ ਹੋਵੇ ਨਾ ਉਹ ਚੀਜ਼ ਪਾਉਣੀ ਚਾਹੀਦੀ ਆ ਆਪਾਂ ਕਿਰਾਂ ਮਹਿੰਗੀ ਚੀਜ਼ ਨਹੀਂ ਲੈ ਕੇ ਪਾ ਲੈਂਦੇ ਪਰ ਅੱਜ ਆਪਾਂ ਨੂੰ ਕੰਫਰਟ ਜਿਹੇ ਨਹੀਂ ਹੁੰਦੇ ਆਪਾਂ ਯਾਰ ਐਵੇਂ ਆ ਕਿਸੇ ਦੇ ਪਿੱਛੇ ਲੈ ਕੇ ਲੈ ਲੈਂਦੇ ਇਹ ਹੈ ਕਿ ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗਦੀ ਜਿਸ 'ਚ ਕੰਫਰਟ ਜੇ ਉਹ ਪਾਇਆ ਕਰੋ ਹੈ ਤਾਂ ਢਾਏ ਦੀ ਪਾਉਣੀ ਨਹੀਂ ਢਾਇਆ ਤਾਂ ਢਾਇਆ ਮਾਤਾ ਕਹਿੰਦੀ ਢਾਏ ਦੀ ਵੀ ਪਾਤੀ ਵੀਡੀਓ ਜਿਹੜੀ ਚੀਜ਼ ਹੈਗੀ ਉੱਦਾਂ ਵੀ ਖਾਵਾਂਗੇ ਹੁਣ ਦੱਸ ਇਹਨੂੰ ਬਣਦੇ ਬਣਦੇ ਸਾਲ ਦੋ ਸਾਲ ਲੱਗ ਜਾਣੇ ਹੀ ਉਹਦੇ ਅਸੀਂ ਤਾਂ ਫਿਰ ਘਰ ਦਾ ਬੁਲਾਓ ਕੋਈ ਨਾ ਪਾਵਾਂਗੇ ਇਸ ਹਿਸਾਬ ਨਾਲ ਹੈ ਸਰਪੰਚ ਅੱਖਾਂ ਮੜੀ ਜਾਣਾ ਮਾਮਾ ਮੂੰਹ ਧੋਲਿਆ ਕਰੋ ਨਹਾਉਣਾ ਤਾਂ ਭੈਣੀ ਨਹਾਉਣਾ ਤਾਂ ਭੈਣੀ ਕਿਹੜਾ ਸੁੱਖਣਾ ਉਹ ਗੱਡੀ ਵੱਲੋਂ ਕਰਦੇ ਫੋਨ ਧੁੱਪ ਲੱਗੂ ਤੂੰ ਆਈ ਲੈ ਆਵਾਂਗੇ ਮਾਤਾ ਤੈਨੂੰ ਰਸੋਈ ਨਵੀਂ ਬਣਾ ਦੇਣੀ ਹੁਣ ਮੈਂ ਹੈ ਵਧੀਆ ਬਣਾ ਕੇ ਦੇਵਾਂਗੇ ਹਾਂ ਮੈਂ ਵੀ ਆਪਣੇ ਉਸ ਤਿਆਰ ਹੁੰਦੀ ਆ ਮਾਤਾ ਆਪਣੀ ਇਹਦੀ ਗੱਲ ਕਰਨ ਡਈ ਸੀ ਕਿ ਦੇੜਿਆ ਵੀ ਵਿਖਾਤਾ ਹੁਣ ਬਈ ਬਣਾਵਾਂਗੇ ਨਾਲ ਨਾਲ ਵਲੌਗ ਚੱਲੇ ਜਾਣੇ ਆਪਣੇ ਇਹਨੂੰ ਕੀਤਾ ਜੀ ਕਿੰਨਾ ਟਾਈਮ ਲੱਗਣਾ ਹੌਲੀ ਹੌਲੀ ਬਾਕੀ ਜਿੰਨਾ ਚਿਰ ਤੱਕ ਸਰਪੰਚ ਔਰਸ ਤਿਆਰ ਕਰਦਾ ਰਾਣੀ ਸਟਾਰਟ ਕਰ ਦਈਏ ਦਸ ਮਿੰਟ
गर्म हो जाऊगी, ठंड है ही बड़ी। चल भी रानी अज तो डेवर भी जेड ब्लैक करा देनी, फिर लगूगी ओके रिपोर्ट। धुआं मारती है ससरी, धुआं मारती है, ऐसे नहीं करना बुगे। इन्हें तेरा मैं ध्यान रखता है, दादी नहीं टाइम से तेरी सर्विस कराई थी यार, टाइम से तेरे सारा कुछ चेक, पानी तेल पानी चेक कराया टाइम से तेरे से है। क्या बात है, चलिए अपन आ गए विनय घर का माहौल, चल की बाद चो थोड़ा जो जगी होना, मैं नूना भी आ जाना। चल भी रानी चलिए की गल आ गल गलत है तेरी, खुल गया ना। हाँ सस्रीकाल माता सस्रीकाल, तो है नहीं तैयार सोडी बड़ी गलत कर दी, मैं सारे हाथ खाया ही चाह बना दो घंट जी, अलसी है बात दे दो, मेरे जोगी तो निकली होनी है। हाँ चाचा सोटी वेला फिर तू कितने चिर तेन फोन लाया, कदों का लाया? साढ़े अठ बजे का, तो दस बजे आते तू इतें ही। यह बंदा साढ़ा इन्ना शकीन है ना, निके निके वाल है तो उन्होंने बोलते रहूगा, सिर ते वाल देखो दे किन्ने के फिर पता लगेगा। अरे ये टाइम लाना इन्होंने देखियो लिया चाह भरावा, हैं लिया दे चाह गुरुआ, चाह तो मैंने इन्ना चाह नहीं पर ही नाल अलसी है ना, अलसी माता ने ओए होए होए अलसी नाल ते होर ही जगाड़ आ गया अज कानू गल्लां होईयां पईयां आ। आ मेरी फेवरेट चीज़ है मित्रों अलसी, बाली ना सवाल लगती पता नहीं की गर्म बड़ी होंगी, पर पिछली यार मैं सोडी को दो तीन दिन रह गया तो मैं खा खा गुरुआ गर्मी करा ली। आ कहता बूटा यार नहीं आ जरा संतरे की है खट्टे संतरिया जी, आप भी लाना यार बाग ना जरा खाली थानी पै कर दे साइड ते उत्थे सारे बूटे मैं यो लाने ला भी गुरु महाराज दर्शन मिले तो आप लै कर अच लावे रगड़ा है जे बंदा साडे ने फोन चुक लिया ना भरा साडे ने अज वेखी फिर लहर बहर होंगे थोड़ा जा की पाना अच कोई चीज पानी नहीं कोई चीज आंदे होर पानी है लहर बहर वाली कोई चीज आंदे पानी है जो भरा हम फोन चुक ले सही जिन्हें बना के देना वा ना कुछ बोल हम आप छड़िया की गिनती चाहते हरमन ਮੰਨਦਾ ਕਿ ਨਹੀਂ ਮੰਨਦਾ ਇਹ ਪਤਾ ਕੌਣ ਆ ਅਸੀਂ ਇੰਨੇ ਕਾਰਨਾਮੇ ਇਕੱਠੇ ਨੇ ਕੀਤੇ ਜਾਣਾ ਐਸਯੂਵੀ ਦੇ ਸੀਟਾਂ ਦੇ ਬੈੱਡ ਬਣਾ ਛੱਡੇ ਮਤਲਬ ਕਿ ਸਮਾਨ ਸੌਦਾ ਪਤਾ ਲਿਆ ਉਹਨੂੰ ਗਲਤ ਨਹੀਂ ਸੋਚਣਾ ਪੈਸਾ ਕੀ ਕਰਾਤਾ ਅੱਜ ਨੂੰ ਅੱਛਾ ਤੂੰ ਆ ਗਿਆ ਟਾਈਮ ਇਹਦਾ ਧਿਆਨ ਰੱਖਦਾ ਮਾਮਾ ਤੂੰ ਆਪ ਹੀ ਨਾ ਲਿਆ ਕਰ ਨੂੰ ਛੱਡਿਆ ਤੇ ਉਹ ਕੀ ਆਂਦਾ ਟੇਪ ਵਾਲਾ ਕਰ ਨੂੰ ਫੋਨ 12 ਵਜੇ ਲੱਗੇ ਆ ਅੱਜ ਨੀ ਰਵਾਂ ਘਰੇ ਹੈ ਕਿ ਮੈਂ ਆਵਾਂ ਤੂੰ ਆ ਜਾ ਬਾਪੂ ਬਾਹਰ ਬੈਠਾ ਵੇਖਦਾ ਭੈਣ ਜਗਾੜ ਕਿਤੇ ਬਣਾਉਣ ਡਿਆ ਬਾ ਇੱਧਰ ਵੇਖ ਆਪਣੇ ਬਹਿਨ ਨੂੰ ਨਾ ਆਪਾਂ ਤੈਨੂੰ ਪਤਾ ਪੈਕ ਸ਼ੈਕ ਵਾਲੇ ਹੈ ਨਹੀਂ ਆਪਾਂ ਚੁਗੇ ਚੁਗੇ ਨਾਲੇ ਆ ਇਹ ਬੰਦਾ ਵੀ ਨਾ ਗੁਰੀ ਵੀਰ ਲੈਮਨ ਚਿਕਨ ਇੰਨੇ ਵੱਟ ਕੱਢਦਾ ਨਾ ਰਿਵਿਊ ਦੇ ਤੂੰ ਆਪਣੇ ਆਸ ਪਾਸੇ ਵੇਖ ਕੇ ਮਾੜਾ ਜਿਹਾ ਹੈਂ ਫਿਰ ਕੇ ਵੇਖ ਮਾੜਾ ਜਿਹਾ ਘੈਂਟ ਚੀਜ਼ ਬਣੂ ਨਾ ਆਪਣੇ ਵਾਸਤੇ ਬਹਿਣ ਵਾਸਤੇ ਇਹ ਪਾਰਕ ਬਣਾਈ ਵੀ ਇਸ ਸਾਈਡ ਜਦੋਂ ਸਵੇਰੇ ਆਪਾਂ ਇੱਧਰੋਂ ਧੁੱਪ ਪੈਂਦੀ ਆ ਇਸ ਪਾਸਿਓਂ ਅਤੇ ਜੇ ਗਰਮੀਆਂ ਦਾ ਮੌਸਮ ਹੋਇਆ ਤਾਂ ਆਹ ਵੀ ਛਿੜਾ ਤੇ ਉੱਤੇ ਵੱਡੇ ਰੁੱਖ ਵੀ ਇੱਧਰ ਇੱਧਰ ਆ ਅਮਰੂਦ ਵੱਡਾ ਇੱਕ ਅੱਧੇ ਬੂਟੇ ਇੱਕ ਦੋ ਇੱਥੇ ਹੋਰ ਲਾ ਦਾਂਗੇ ਵੱਡੇ ਕੇ ਛਾਂ ਰਿਹਾ ਕਰੇ ਹਾਂ ਦੋਵੇਂ ਉਸ ਨਾਲ ਬਣਾਈ ਆਪਾਂ ਇਹ ਐਤਵਾਰ ਵਾਲੇ ਭਰਾ ਹੀ ਹੈ ਆ ਕੀ ਲੋੜੀ ਮੇਰੀ ਜਾਨ ਨਹੀਂ ਮੈਂ ਉਹ ਵੀਰੇ ਮੱਥਾ ਟੇਕਣ ਚਲ ਗਿਆ ਥੋੜ੍ਹਾ ਲੇਟ ਹੋ ਗਿਆ ਉੱਥੋਂ ਆ ਜਾਓ ਬੱਲੇ ਸਰਪੰਚ ਹਾਂਜੀ ਉਸਤਾਦ ਜੀ ਨੱਪੀ ਜਾਂਦੇ ਕਿਲੀ ਵੀੜੀ ਵਾਲੀ ਲਓ ਜੀ ਸਾਰੇ ਭਰਾਵਾਂ ਨੂੰ ਯਾਰ ਸਤਾਨੀ ਨਹੀਂ ਕਰਨੀ ਦੱਸਾਂ ਮੈਂ ਤੈਨੂੰ ਮਾਮਾ ਸਾਈ ਸੋਈ ਨਾ ਪੁੱਟਦੀ ਉੱਧਰੋਂ ਆਹੋ
ਇਧਰ ਸਰ ਪਾਸੇ ਆ ਕਿਹੜੇ ਸਰੀਆ ਨਿਕਲ ਜਾਂਦਾ ਹੁੰਦਾ ਵਿੱਚੋਂ ਐ ਇਧਰ ਆ ਜਾ ਪਾਸੇ ਆ ਜਾ ਉਹ ਨਹੀਂ ਸਰੀਆ ਨਿਕਲ ਜਾਂਦਾ ਹੁੰਦਾ ਐ ਪਾਸੇ ਆ ਜਾ ਕੋਈ ਨਹੀਂ ਆ ਸਪੰਜਾ ਹੌਲੀ ਧਿਆਨ ਨਾਲ ਚੱਲ ਸਰ ਇਹਨੂੰ ਸ਼ਾਰੇ ਦਾ ਮਾਰ ਖਿੱਚ ਦੇਣਾ ਹੌਲੀ 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 ਖਿੱਚ ਬਸ ਠੀਕ ਠੀਕ ਖਿੱਚਦੇ 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 चल 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 थप्पड़ चढ़ गई देख लो एक मिनट चल 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 रस्सा नहीं है मोटा जानते कलाची जानते जानते छड़ते कला छड़ते जानते आते आते जानते छड़ते छड़ते कला छड़ते छड़े मलंग रोटी हाडे भरा ही खवांदे सानू है सुखकर्मा चार गई जे लई मेरा बहु अपने बंदा भरा मानस कोई नहीं है यार आप नहीं किसी की गल सू क्यों करते जो जो तू सप की पूछते पैर रखेगा ना उदा तेरे सप डंग मारू जो जान के सू दंदी वो तो मैं डंग ही मारू नहीं पैंथरू ओ तेरा पड़ा जे मॉडल साहब आ गए ने क्या बात है हैं पौड़ी लग दवांगे पहला पौड़ा थले नया करेंगे बापू नहीं लिफ्ट गड़ी पिछे मंजना पौनी ਮਾਰਨ ਦੀ ਲਵਾ ਦਾਂਗੇ ਨਾ ਰੇੜੀ ਜੀ ਬਰਨ ਦਾ ਗਾਹ ਰੇੜੇ ਬਾਬੇ ਘਰ ਜਾ ਪਹੁੰਚਿਆ ਕਰੇ ਤੇ ਤਹੀਂ ਚੱਲੇ ਕਿੱਥੇ ਮੈਂ ਪੱਠੇ ਦੇ ਅੱਛਾ ਤੇ ਉਹ ਆ ਜੇ ਛੱਡਿਆ ਆਪਾਂ ਰਗੜਾ ਲਾਉਣਾ ਰਗੜਾ ਕਿ ਸ਼ੋਰ ਕਰਦੇ ਹੈ ਰਗੜਾ ਲਿਆਂਦੀ ਘਰ ਨੂੰ ਦੂਜਾ ਲਾਉਣਾ ਕਿਹੜਾ ਉਹ ਨਹੀਂ ਲਾਉਣਾ ਭਰਾਵਾ ਉਹ ਬੜਾ ਕੰਮ ਖਰਾਬ ਹੋਇਆ ਹੈ ਥੋੜਾ ਪੀ ਲਾਂਗੇ ਉਹ ਦੂਜਾ ਲੈ ਆਂ ਬਰਾਮ ਤੋਂ ਗਿਰੀਆਂ ਉਹ ਨਹੀਂ ਸੋਢੀ ਉਹਨਾਂ ਦੇ ਆਉਣਾ ਉਹ ਲੈ ਕੇ ਆਉਣ ਲੱਗੇ ਅੱਛਾ ਹਾਂਜੀ ਮੈਂ ਹੁਣੇ ਹੁਣ ਜਾਂਦਾ ਥੋੜਾ ਸਾ ਪੀਣਾ ਆਪਾਂ ਸਾਰਿਆਂ ਨੇ ठीक है मने शुगले ये 10 मिनट है शुगले लावांगे नहीं नहीं रहन दो उन्हें काम करन दो नहीं तो बार भी जा फड़ोगा क्या आओ भी ये पाओ ही वो सद्या वा जिन्हें हाला चलान करा के देना ला भी जेड ब्लैक करते लगे अच्छा जेड ब्लैक है ना जेड ब्लैक मैं कानू कर लाइया 10,000 रुपये कैश कटा के लिया अपना चलाना होना ठीक है ना वो लगू पता मौके की बन आ मैं गाड़ी कर देना हाथ तू छोड़ना मां भी नहीं मने नहीं सर गलती हो गई जी ला दें ढेर सामने ला दें लपी के लिए मिस्त्री है लाइटिंग बहुत जिन्नी हुई सारी सोहनी है हुण बाहर दियां लाइटां ना कराई ठीक है और बाहर जिन्नी सोहनी लगदियां वा केड़ा कल तोड़ता सरपंच होना बेस पने कदा तोड़ लई तो बंपर मामा वेट पाई ओहदे विच और आ लवा ला मामा इहना स्पीकर स्पूकर जे सारे पैरां च आए हुण मथे पड़ा के पट्टियां करा के तुरे आओ तुसीं तिन्ने चार जणे इह पत्री बन्नी दे दे इहनां नूं कुक्के हुंदे दे भावें उहने बणा देणी हाँ भी जाएगी हरजीता तेलों का पैप पुछता पैप इतें ही है
ਅਜੀਤ ਸਪੋਰਟ ਦੇ ਲਾ ਕਿ ਥੱਲੇ ਨਾ ਵਜਾ ਹੋਇਆ ਇਹ ਉਧਰ ਵੇ ਕੀ ਬਣਾਤਾ ਗੁਰੂ ਨੇ ਲੱਗਦਾ ਚੌਂਕੇ ਵਿੱਚ ਸਹੀ ਇਹਦੇ ਉਹ ਦੇਖ ਨਹੀਂ ਬੰਦੇ ਕਰਨ ਦੇ ਕਾਲ ਗੱਡੀ ਜੋ ਹੋਦੇ ਕਰਦੇ ਪਏ ਤੇ ਨਹੀਂ ਗੱਲ ਕਰਾ ਜੀ ਅਸੀਂ ਨਾ ਬੈਠੇ ਸੀ ਹੁਣ ਅਤੇ ਕਮੈਂਟ ਪੜ੍ਹਨ ਡੇ ਸੀ ਅਤੇ ਵੀਰ ਇੱਕ ਪੁੱਛਦਾ ਕਹਿੰਦਾ ਕਿ ਬੂਟੇ ਕਿੰਨੇ ਦੇ ਆਏ ਆ ਵੀਰ ਬੂਟੇ ਜੇ ਆਪਣੇ ਮੂੰਹ ਦੱਸੂਗਾ ਤੁਸੀਂ ਕਹਿੰਦਾ ਸੁਗਰੀ ਮਾਰਦਾ ਨਰਸਰੀ ਜਾ ਕੇ ਵੇਖ ਲਿਓ ਬੂਟੇ ਆਪਣੇ ਲੱਗੇ ਕਿਹੜੇ ਕਿਹੜੇ ਆ ਬਹੁਤ ਮਹਿੰਗੇ ਆਉਂਦੇ ਆ ਅਤੇ ਅਸੀਂ ਵੀ ਕੋਈ ਬਾਲੇ ਨਹੀਂ ਅਸੀਂ ਵੀ ਹੌਲੀ ਹੌਲੀ ਕਰਕੇ ਲਿਆਉਂਦੇ ਆ ਇਕੱਠੇ ਨਹੀਂ ਲਿਆਉਂਦੇ ਹੁੰਦੇ ਕੋਈ ਵੀ ਚੀਜ਼ ਇਕੱਠੀ ਨਹੀਂ ਬਣਨੀ ਦੀ ਪਹਿਲਾਂ ਦੇ ਕਈਆਂ ਵਲੋਗਾਂ 'ਚ ਕਿਹਾ ਵਾ ਕਿ ਜਦੋਂ ਕੋਈ ਚੀਜ਼ ਲੈਣੀ ਹੋਵੇ ਨਾ ਆਪਾਂ ਇਕੱਠੇ ਪੈਸੇ ਖਰਚਣੇ ਹੋਣਗੇ ਨਾ ਜੇ 10,000 ਰੁਪਏ 10,000 ਆਪਾਂ ਨੂੰ ਇਕੱਠਾ ਲਾਉਣਾ ਔਖਾ ਵਾ ਪੰਜ 500,000 ਜਾਂ ਕਿ ਚੀਜ਼ਾਂ ਹੌਲੀ ਹੌਲੀ ਲਈ ਆਇਆ ਕਰੋ ਫਿਰ ਚੀਜ਼ ਸੋਹਣੀ ਬਣ ਜਾਂਦੀ ਆ ਇੱਕ ਭਾਰ ਵੀ ਨਹੀਂ ਪੈਂਦਾ ਬੰਦੇ 'ਤੇ ਅਤੇ ਹਜੇ ਵੀ ਲਾਈ ਜਾਣ ਡੇ ਹਾਂ ਇਹ ਹਰਿਆਲੀ ਜਿੰਨੀ ਆਪਾਂ ਕਰਾਂਗੇ ਉੱਨੀ ਚੰਗੀ ਆ ਬੂਟੇ ਮਾੜੇ ਥੋੜ੍ਹੀ ਆ ਇਹਨਾਂ ਕਰਕੇ ਆਪਾਂ ਨੂੰ ਜਿਹੜਾ ਆਪਾਂ ਸਾਹ ਲੈਂਦੇ ਇਹਨਾਂ ਤੋਂ ਲੈਂਦੇ ਹਾਂ ਇਹ ਚੀਜ਼ ਸੋਚ ਕੇ ਵੇਖੋ ਵੱਧ ਤੋਂ ਵੱਧ ਲਾਇਆ ਕਰੋ ਦੈਣ ਪਤਾ ਕੀ ਗੱਲ ਹੋਈ ਆਇਆ ਸਟੇਡੀਅਮ 'ਤੇ ਅਸੀਂ ਚੱਲਿਆ ਡੀਲਕਸ ਤੇ ਕਿੱਦਾਂ ਬੈਠਾ ਸੀ ਭਰਾਵਾ ਮਿਸਤਰੀਆਂ ਦਾ ਮੋਟਰਸਾਈਕਲ ਹੀ ਉਹਨਾਂ ਦੇ ਚਲਾਉਣ ਜੋਗਾ ਰਹਿਣ ਦੀ ਕਿਤੇ ਹੈਂ ਚੱਲ ਕੋਈ ਆਹ ਵੇਲੋ ਕੀ ਜਾਂਦਾ ਵਾ ਕਹਿੰਦਾ ਤੁਹਾਡਾ ਵੀ ਗੇੜੇ ਮਾਰਨ ਜੀ ਕਰਦਾ ਇਹਦਾ ਪਿੰਡ ਬੂਟੇ ਥੋੜੇ ਥੁੜਗੇ ਜਿਹੜੇ ਪਏ ਵਾਲੇ ਸੀ ਨਾ ਜਿਹੜੇ ਵਿੱਚ ਵਿੱਚ ਲੱਗੇ ਵਿੱਚ ਰੱਖ ਲੈਣੇ ਥੋੜੇ ਬੂਟੇ ਨੌ ਬੂਟੇ ਸਾਰੇ ਉਹ ਰੱਖ ਲੈਣਗੇ ਗਾਰਲੀ ਸੀਟ ਦੇ ਛਾਂ ਕਰਕੇ ਨਾ ਉੱਥੇ ਰੱਖੇ ਜਾਣੇ ਆ ਫਿਰ ਉੱਥੋਂ ਕਿੱਥੇ ਰੱਖੇ ਲਿਆਉਣਾ ਹੁਣ ਤੇ ਲੱਗਦੇ ਲੱਗ ਜਾਣੇ ਆ ਤੇ ਫਿਰ ਬਾਅਦ 'ਚ ਫਿਰ ਰਹਿੰਦੇ ਰਹਿੰਦੇ ਰਹਿ ਜਾਂਦੇ ਨੇ ਮੈਨੂੰ ਪਤਾ ਉਹ ਬੱਲੇ 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 ਕੋਪਤੀ ਇਹ ਗੱਲ ਮੈਨੂੰ ਮਹਾਂਵੀਰ ਨੇ ਕਹੀ ਕਹਿਣ ਨੂੰ ਹੈਂ ਸਾਰਾ ਮੋਟਰਸਾਈਕਲ ਕਾਲਾ ਨੂੰ ਕੀ ਨਜ਼ਰ ਲੱਗਣੀ ਮੋਟਰਸਾਈਕਲ ਨੂੰ ਕਿੱਡੀ ਪ੍ਰਾਂਦੀ ਬੰਨੀ ਇਹਨਾਂ ਨੇ ਸੋਜਾ ਸਾਜਾਂ ਵੜੀਆਂ ਪਈਆਂ ਮੂੰਹ ਦੇਣ ਕਰੀ ਹਾਂ ਹੈ ਗੁਰੂਆ ਸੁੱਜਾ ਕਿ ਨਹੀਂ ਕਿਤੇ ਗਿਆ ਨਹੀਂ ਇਹ ਡਿੱਗ ਪਿਆ ਸੀ ਹੈ ਡਿੱਗ ਪਿਆ ਸੀ ਹੈ ਸਤਿ ਸ੍ਰੀ ਅਕਾਲ ਬੜੇ ਕੱਟ ਕੁੱਟ ਪਵਾਏ ਗੁਰੂਆ ਗਜਣੀ ਬਣਿਆ ਸੰਗਾ ਭਾਈ ਜੀ ਘਰੂੜ ਆ ਕਿੱਥੀ ਹੈਗੇ ਠੀਕ ਹੈ ਡਾਰਲਿੰਗ ਓਕੇ ਆ ਕਿਤਨੀ ਹੋਰ ਇੱਕ ਕਿਹੜਾ ਆੜਾ ਕੈਮਰਾ ਕਾਤੋਂ ਠਾਇਆ ਹਵਾ ਨਾ ਇੰਨਾ ਹਵਾ ਨਾ ਟੱਲਾ ਨਾ ਟੱਲਾ ਦਾ ਲੱਗ ਗਿਆ ਆ ਚਮਕਦੇ ਸੋਹਣੇ ਲੱਗਦੇ ਆ ਇਧਰ ਲਾ ਆਹ ਤੂੰ ਸਾਫ਼ ਕਰ ਲੈਣਾ ਉਹ ਕਿੰਨਾ ਘੱਟਾ ਫਸਿਆ ਮਾੜਾ ਜਿਹਾ ਖੋਲਿਆ ਤੇ ਲਾ ਵੀ ਕਰਤੀ ਵੀਰ ਜੈੱਡ ਬਲੈਕ ਇਹਨੂੰ ਗੱਲਾਂ ਹੋਈਆਂ ਪਈਆਂ ਹੁਣ ਹੁਣ ਬਸ ਚਲਾਉਣ ਦੀ ਤਿਆਰੀ ਕਰੀਏ ਠੀਕ ਹੈ ਵੀਰੀ ਜਾਣ ਇਹਦੇ ਵਿੱਚ ਗੱਦਾ ਲਾਇਆ ਹੋਵੇ ਤੇ ਪੂਰਾ ਬੈੱਡ ਹੀ ਬਣ ਜਾਣਾ ਵਾ ਸਿਸਟਮ ਹੈਂ ਹਾਂ ਗੌਰੀ ਹਾਂ ਇਹ ਲਾਈਟਾਂ ਸੋਹਣੇ ਲੱਗਦੀਆਂ ਉਹ ਬੱਲੇ ਕਾਲੇ ਉਹ ਠੀਕ ਹੈ ਜੀ ਟੁੱਟੀ ਜਾਂਦੇ ਫਿਰ ਨਹੀਂ ਆ ਹੈਂ ਗੋਰੀ ਲੈ ਲਾ ਸਕੂਲੋਂ ਛੁੱਟੀਆਂ ਪੁੱਤਣ ਠੀਕ ਹੈ ਜੀ ਹਾਂ ਹੁਣ ਬਸ ਆਪਾਂ ਅੱਜ ਕੰਮ ਕਰੀਏ ਤਕੜਾ ਆ ਗਏ ਸਾਡੇ ਮੈਨੂੰ ਚਾਹ ਸੁਲਾ ਮਾਰ ਕੇ ਤੇ ਆਪ ਕਿਹੜੀ ਨਪਦੀ ਦੋਵਾਂ ਨੇ ਹੈਗੀ ਆ ਮੈਂ ਨਾ ਕੀਤੀ ਗੋਰੀ ਕਹਿੰਦਾ ਚਾਹ ਵਾਲੇ ਟੋਪ ਦੀ ਬਣੀ ਆ ਤੇ ਮੈਂ ਠੀਕ ਆ ਭਰਾ ਜੇ ਟੋਪ ਦੀ ਬਣੀ ਆ ਤੇ ਪੀ ਲੈਂਦੇ ਫਿਰ ਚਾਹ ਪਿਆ ਪਿਆ ਕਮਲਾ ਕਰਤਾ ਇੱਕ ਦਿਨ ਵੀਰ ਮੈਨੂੰ ਕਮੈਂਟ ਕਰਨ ਦਾ ਕਹਿੰਦਾ ਗੁਰੂ ਤੁਸੀਂ ਚਾਹ ਹੀ ਬੜੀ ਪੀਂਦੇ ਜੇ ਇਹ ਤੋਂ ਬਿਨਾਂ ਸਾਡੀ ਗੱਡੀ ਨਹੀਂ ਚੱਲਦੀ ਕੀ ਕਰੀਏ ਉੱਤੋਂ ਸਰਪੰਚ ਸਵਾਦੀ ਬਣਾਉਂਦਾ ਪਰ ਆਹ ਗੋਰੀ ਨਹੀਂ ਬਣਾਈ ਲੱਗਦਾ ਮੈਨੂੰ ਚਾਹ ਦੇ ਰੰਗ ਤੋਂ ਪਤਾ ਲੱਗ ਗਿਆ ਮੈਨੂੰ ਸਰ ਤੂੰ ਪੱਤੀ ਵੀ ਠੋਕੇ ਪਾਉਣਾ ਬੀਬੀ ਅੱਗੇ ਕਹਿੰਦੀ ਬੀਬੀ ਕਹਿੰਦੀ ਬੀਬੀ ਕਹਿੰਦੀ ਘੱਟ ਕਰਕੇ ਸਾਢੇ ਦੀ ਸਪੀਡ ਤੇ ਆ ਬਾਹਰ ਚਲ ਜਾਂਦਾ ਕਹਿੰਦੀ ਮੈਂ ਵੇਖਣੀ ਤੇ ਲਾ ਲਵਾਂ ਇਹਦੀ ਚਾਹ ਪੈਂਥਰ ਕੀ ਗੱਲ ਪੁੱਤ ਹੂੰ ਕਿਹਨੂੰ ਪਈ ਜਾਂਦਾ ਹੈਂ ਦੱਸਦਾ ਨਹੀਂ ਕੀ ਗੱਲ
लो भी रानी जेड ब्लैक तो ये सर पंजा गड्डी एकरा तो ये करा तो ये करा दाग दूजे लाख देने सारे नहीं आप धो लेने कोई नहीं बूट पाए रहने थले ना पूरा रगड़ा जाए बंपर ना थले रगड़ा जाए तो ध्यान ना गोरी चलो बनाई वीडियो हसने चलो चली यार बार इधर बाई होनी कराई जाते अत है शायद गुलाब लाए सारे ना ये सारा गुलाब ही गुलाब करता अपा है आ जो दोस्त देखने सुके सुके लगन डे इन्होंने हत करा देना बूटे इतने फुल ही फुल कर देने इन्होंने इन्होंने भाई कि फुल लगने बड़ा नहीं इदा रुख बन के पिंक जी लगते होंगे वो चीज़ लगनी वह भी बूटा उदा का ही है हाड़ा हाड़ा एक इतने रखना एक नुकरे लवाता है ना इधर नहीं लवाना इधर दूजे है एक परली नुकरे लवाता मैं लग जू पता बाबू अज लग जू पता अज लग जू पता खड़ा भाने ना आंदी सराना लै गया अंदर जाके बापू ने चेता भुला देना सारा कुछ बापू ने मैं बखे दस रखे डंगर आंगू कुड़े फिर एक अद्धा आने लगा रही चुक देने कदा बनाई ना चलो की है ਕੀ ਡੱਬਾ ਨਹੀਂ ਨਹੀਂ ਦੇਣਾ ਡੱਗ ਦੇ ਲਪਾਈ ਜਾਂਦੇ ਨੇ ਨਾ ਜੀਵੇਂ ਤੇ ਖਾਣ ਵਾਲੀ ਚੀਜ਼ ਕੋਈ ਨਾ ਭਾਜੀ ਦੀ ਰਹਿਣ ਦੇ ਛੇੜੇ ਬਾਬਾ ਬੋਲ ਰਹੀ ਹੈ ਆ ਹੋ ਲੈ ਪੀਸ ਕੱਢੀ ਲਿਓ ਨਾ ਆਪ ਹਾਂ ਬਾਈ ਕਰਨਾ ਕਾਫੀ ਗਾੜੀ ਹੈ ਖਾਣ ਵਾਲਾ ਇਹ ਪਹਿਲਾਂ ਖੁੱਲਾ ਸੀ ਖੋਲ ਇਹ ਦਾ ਮਾਰ ਕੇ ਕੋਈ ਲੱਗਦਾ ਮੈਨੂੰ मामा तू सारा लगा मर जाना है मैं बहुत पसंद है खाला तू कि चुपने लड़ते तेरे सरपंचा गड्डिया करिए अंदर ट्रैक्टर भी करते अंदर अग बालिए बाहर गोरी नी कि गोरी आज अग बाली चलिए बहार आज
ਕੀ ਰਹਿ ਗਿਆ ਅੱਛਾ ਗੁਲਾਬ ਜਾਮ ਨੂੰ ਤੀਜਾ ਪੀਸ ਰਹਿ ਗਿਆ ਤੁਹਾਡਾ ਭੜਾ ਜੀ ਮਾਮਾ ਚਪੂਣੇ ਲੜਨੇ ਬਾਅਦ ਚੋਂ ਤੀਜਾ ਪੀਸ ਫੇਰ ਨੱਪਦੀ ਕਿੱਲੀ ਹੈ ਕਦੀ ਗੱਡੀ ਚਾਬੀ ਇਹਦੀ ਡਾਈਵਰ ਦੀ ਡਾਈਵਰ ਐ ਪਾਸੇ ਲਾਈ ਜਾਂ ਥਾਰ ਲਾ ਡਾਈਵਰ ਸ਼ਿਕਾਰ ਲਾ ਟੇਟ ਪਰਲੇ ਪਾਸੇ ਲਾ ਦੇ ਸੋਚ ਲੱਗਾ ਹੋਊ ਜਾਂ ਬਾਅਦ ਚ ਤਾਰ ਕਰੰਟ ਮਿਲਿਆ ਹੋਊਗਾ ਪਤਾ ਨਹੀਂ ਫਿਰ ਭੂਤ ਨਹੀਂ ਆ ਗਏ ਮਾਮਾ ਲਿਆ ਕਰੀਏ ਸਟਾਰਟ ਗੱਡੀ ਗੁਰੂ ਆ ਗੱਡੀ ਦੀ ਹੋ ਗਈ ਬੈਟਰੀ ਡਾਊਨ ਜਿਹੜੇ ਵੀਰ ਫਿਲਮ ਕਰਨ ਆਏ ਸੀ ਉਹਨਾਂ ਨੇ ਕਿਤੇ ਸੋਚ ਲਾ ਛੱਡਿਆ ਅਤੇ ਹੋ ਗਿਆ ਕੰਮ ਡਾਊਨ ਗੋਰੀ ਉਹ ਆਈ ਬਹੁ ਬੈਟਰੀ ਡਾਊਨ ਹੋ ਗਈ ਸਟਾਰਟ ਕਰੀਏ ਤਾਰਾਂ ਲਾਈਏ ਮਾੜੀ ਆਈ ਮੇਰਾ ਪੁੱਤ ਆ ਜਾ ਲੈ ਵੀ ਅੱਜ ਨਾ ਸੋਚ ਲੱਗਾ ਰਿਹਾ ਤਿੰਨ ਚਾਰ ਘੰਟੇ ਦਾ ਵਿਚਾਰੀ ਦਾ ਗਾਣੇ ਗੁਣੇ 'ਤੇ ਚੱਲਦੇ ਰਹੇ ਕਿਤੇ ਮੱਠੀ ਮੱਠੀ ਬਾਅਦ 'ਚ ਕਦੇ ਅਤੇ ਡੈੱਡ ਹੋ ਗਈ ਬੈਟਰੀ ਵਿਚਾਰੀ ਦੀ ਉੱਦਾਂ ਵੀ ਦੋ ਢਾਈ ਸਾਲ ਕੱਢ ਗਈ ਆ ਅੱਗੇ ਰਖਾਈ ਫਿਰ ਰਖਾਉਣੀ ਪੈਣੀ ਲੱਗਦਾ ਹੁਣ ਉਹਨੇ ਕਹਿੰਦੇ ਖਰਚ ਨਹੀਂ ਮੁੱਕਦੇ ਕੀ ਕਰੂ ਬੰਦਾ ਗੁਰੂ ਆ ਹੋ ਗਿਆ ਲੈ ਵੀ ਮੁੰਡਿਆਂ ਨੇ ਕਰਤੀ ਗੱਡੀ ਸਟਾਰਟ ਹੈਂ ਇਕੱਲਾ ਬੰਦਾ ਵੇਖ ਲਓ ਕਿਹੋ ਜੋਗਿਆਂ ਨਹੀਂ ਯਾਰ ਯਾਰ ਹੀ ਹੁੰਦੇ ਆ ਹੈਂ ਇਕੱਲਾ ਜੇ ਹੁੰਦਾ ਗੱਡੀ ਸਟਾਰਟ ਕਰ ਲੈਣੀ ਸੀ ਮੈਂ ਇਸ ਕਰਕੇ ਕਹਿੰਦਾ ਚੰਗੇ ਯਾਰ ਰੱਖੋ ਠੀਕ ਆ ਮਾੜੇ ਗੰਢ ਗੁਆਂਢ ਦੂਰ ਕਰੋ ਜਿਹੜੇ ਤੁਹਾਨੂੰ ਪਤਾ ਜਿਹੜਾ ਮਾੜਾ ਸੋਚਦੇ ਆ ਮਾੜਾ ਕਰਨ ਨੂੰ ਫਿਰਦੇ ਆ ਦੂਰ ਕਰ ਦਿਓ ਉਹਨਾਂ ਨੂੰ ਉਹ ਇੱਕ ਕਦਮ ਪਛਾਣ ਨਹੀਂ 10 ਕਦਮ ਰੋਡ ਨਾ ਦੋ ਭਰਾਵਾ ਨਿਕਲਾ ਫੋਨਾਂ 'ਚ ਮੇਰੇ ਨਾਲ ਗੱਲਬਾਤ ਕਰ ਲਓ ਕੋਈ ਕਿੱਦਾਂ ਲੱਗੇ ਦੂਹੋ ਦੂ ਗੁਰੂਆ ਹੈਂ ਓਏ ਮੈਂ ਵੀ ਰੜ ਲੱਗੇ ਬੈਠਾ ਭਰਾਵਾ ਮੈਨੂੰ ਅੱਗ ਸੇਕੋ ਕਹੇ ਹੈਂ ਮੈਂ ਭਾਉ ਛੜਾ ਮਲਾਂਗਿਆਂ ਤੁਹਾਡੀਆਂ ਸਹੇਲੀਆਂ ਹੈਗੀਆਂ ਹੁਣ ਹੈਂ ਛੱਡਣੀ ਚਾਹੁੰਦੇ ਆ ਅਸੀਂ ਵੀ ਪਿੰਨੀ ਪਿੰਨੀ ਕਰਦੇ ਰਹਿੰਦੇ ਪਹਿਲਾਂ ਤੇ ਓਏ ਚੁੱਪ ਕਰੋ ਮਾੜਾ ਜਿਹਾ ਕਮੈਂਟ ਯਾਰ ਗੱਲ ਕਰਨ ਦੋ ਕੋਈ ਤੇ ਕਈ ਵੀਰ ਘਰੇ ਵੀ ਇੱਥੇ ਆ ਜਾਂਦੇ ਉਹਨਾਂ ਨੂੰ ਗੱਲਾਂ ਬਾਤਾਂ ਕਿਹੜਾ ਕਰ ਦੀਆਂ ਵਾ ਤੇ ਇਹਦਾ ਛੱਡਣ ਦਾ ਯਾਰ ਸਰ ਨੂੰ ਪਹਿਲੀ ਗੱਲ ਪਤਾ ਕੀ ਆ ਬਾਕੀ ਤੁਹਾਡੀ ਮਰਜ਼ੀ ਯਾਰ ਮੈਂ ਜਿਹੜੀ ਚੀਜ਼ ਤੋਂ ਲੰਘਿਆ ਮੈਂ ਤੁਹਾਨੂੰ ਦੱਸਣ ਲੱਗਾ ਪਹਿਲਾਂ ਆਪਣਾ ਮਨ ਪੱਕਾ ਕਰ ਲਓ ਕਿ ਛੱਡਣੀ ਆ ਕਿ ਨਹੀਂ ਛੱਡਣੀ ਜੇ ਛੱਡਣ ਦਾ ਮਨ ਪੱਕਾ ਹੋ ਗਿਆ ਫਿਰ ਤੁਹਾਨੂੰ ਕੋਈ ਰੋਕ ਸਕਦਾ ਠੀਕ ਹੈ ਤੰਗ ਹੋ ਗਏ 5-7-10 ਦਿਨ ਹਫ਼ਤਾ ਤੰਗ ਹੋ ਗਏ ਅਤੇ ਜਿਹੜੇ ਬੰਦੇ ਤੁਹਾਨੂੰ ਖਾਂਦੇ ਆ ਜਾਂ ਜਿਹੜੇ ਤੁਹਾਡੇ ਨਾਲ ਇਹੋ ਜਿਹੇ ਬੰਦੇ ਹੈਗੇ ਆ ਉਹਨਾਂ ਤੋਂ ਦੂਰ ਹੋ ਪਹਿਲੀ ਗੱਲ ਇਹ ਪਹਿਲਾਂ ਆਪਣਾ ਮਨ ਪੱਕਾ ਕਰੋ ਦੂਜਾ ਉਹ ਬੰਦਿਆਂ ਦੂਰ ਹੋ ਤੀਜੀ ਲਿਆ ਕੇ ਰੱਖਣੀ ਕੋਲ ਆਪਾਂ ਕਿਹਨਾਂ ਰੱਖ ਲੈਂਦੇ ਹਾਂ ਟੋਟ ਵੱਜੂਗੀ ਕੋਲ ਰੱਖ ਲਈਏ ਕੋਲ ਨਹੀਂ ਰੱਖਣੀ ਠੀਕ ਆ ਇਹ 3 ਤਰੀਕੇ ਕਰ ਲਓ ਅਤੇ ਚੌਥਾ ਗੁਰੂ ਮਹਾਰਾਜ ਦੇ ਘਰ ਜਾਣਾ ਸ਼ੁਰੂ ਕਰੋ ਤੁਹਾਨੂੰ ਡਰ ਹੋਊਗਾ ਕਿ ਮੈਂ ਸਵੇਰੇ ਮਹਾਰਾਜ ਦੇ ਘਰ ਜਾਣਾ ਵਾ ਜੇ ਮੈਂ ਗਲਤ ਕੰਮ ਕੀਤਾ ਤਾਂ ਰੱਬ ਨੂੰ ਤਾਂ ਪਤਾ ਲੱਗ ਹੀ ਜਾਣਾ ਠੀਕ ਆ ਆਪਣੇ ਆਪ ਨੂੰ ਪਤਾ ਹੁੰਦਾ ਕੰਮ ਗਲਤ ਆ ਅਤੇ ਇਹ 3-4 ਚੀਜ਼ਾਂ ਕਰਕੇ ਵੇਖੋ ਵਧੀਆ ਛੱਡੀ ਜਾਣੀ ਹੈ ਬਾਕੀ ਦਵਾਈ ਕਈ ਥਾਵਾਂ ਤੋਂ ਮਿਲਦੀ ਆ ਛੱਡਣ ਵਾਲੀ ਦਵਾਈ ਮਿਲ ਜਾਂਦੀ ਪਰ ਦਵਾਈ ਖਾ ਕੇ ਕਰੋਗੇ ਕੀ ਜਿਹਨਾਂ ਦਾ ਤੁਹਾਡਾ ਮਨ ਹੀ ਨਹੀਂ ਪੱਕਾ ਹੈ ਨਾ ਸਭ ਤੋਂ ਪਹਿਲਾਂ ਆਪਣਾ ਮਨ ਪੱਕਾ ਕਰੋ ਕਿ ਮੈਂ ਇਹ ਛੱਡਣੀ ਆ ਇਹ ਨਹੀਂ ਚੀਜ਼ ਕਰਨੀ ਅਤੇ ਸੋ ਸਭ ਕੁਝ ਹੋ ਜਾਂਦਾ ਮਨ ਪੱਕਾ ਹੋਣਾ ਜ਼ਰੂਰੀ ਆ ਆਹ ਚੱਕਰ ਆ ਕਰਕੇ ਵੇਖਿਓ ਟਰਾਈ ਇਹ ਚੀਜ਼ਾਂ ਉਹ ਛੱਡੀ ਜਾਊਗੀ ਕਿਉਂਕਿ ਆਪਣੇ ਹੱਥ ਵਾਸ ਆ ਯਾਰ ਲਾਈ ਵੀ ਆਪਾਂ ਨਾ ਅਤੇ ਛੱਡ ਵੀ ਸਕਦੇ ਐਡੀ ਕਿਹੜੀ ਗੱਲ ਆ ਮੱਛੀ ਤੂੰ ਕਿੱਦਾਂ ਕੱਢਣਾ ਹੀ ਹੁਣ ਸਹੀ ਗੱਲ ਹੋ ਗਿਆ ਹੁਣ ਹੋ ਗਿਆ ਚਾਚੇ ਚੱਲ ਦੋ ਚਾਚੇ ਰਲ ਗਏ ਉਧਰ ਹੈ ਨਾ ਸਾੜਿਆ ਕੋਈ ਹੈ ਇਧਰ ਆਹੋ ਪਨੀਰ ਬਣਾਉਂਦੇ ਕੀ ਕਹਿਣ ਡਿਆ ਮਾਮਾ ਖਬਰ ਮਿਲੀ ਸੀ ਮੈਨੂੰ ਉਹਨਾਂ ਨੂੰ ਵੱਲੋਂ ਕਹਿੰਦਾ ਫੇਕ ਆਈਡੀਆਂ ਬਹੁਤ ਬਣਾ ਕੇ ਤੇ ਕੁੜੀਆਂ ਨੂੰ ਗਲਤ ਮੈਸੇਜ ਕਰਦੇ ਆ ਤੇ ਗੱਲ ਇੱਦਾਂ ਵਾ ਕਿ ਕੁੜੀਆਂ ਵਾਸਤੇ ਸਪੈਸ਼ਲ ਮੁੰਡਿਆਂ ਨੇ ਮੁੰਡਿਆਂ ਨੂੰ ਮੈਸੇਜ ਕੀ ਕਰਨਾ ਠੀਕ ਹੈ ਫੇਕ ਆਈਡੀ ਬਣਾ ਕੇ ਕੁੜੀਆਂ ਵਾਸਤੇ ਇਹ ਚੀਜ਼ ਆ ਕਿ ਜਿੰਨੀਆਂ ਮੇਰੀਆਂ ਭੈਣਾਂ ਵਾ ਇੰਸਟਾ 'ਤੇ ਸਨੈਪਚੈਟ 'ਤੇ ਕਿਸੇ ਵੀ ਕੁੜੀ ਨੂੰ ਮੇਰੀ ਆਈ ਡੀ ਤੋਂ
ਕੋਈਲਾ ਕਦੀ ਵੀ ਮੈਸੇਜ ਨਹੀਂ ਜਾਊਗਾ, ਕਦੀ ਵੀ ਨਹੀਂ, ਹੈਲੋ ਤੱਕ ਦਾ ਮੈਸੇਜ ਨਹੀਂ ਮੈਂ ਕਰਦਾ ਕਿਸੇ ਕੁੜੀ ਨੂੰ, ਖਾਸ ਕਰਕੇ ਸਾਰੀਆਂ ਮੇਰੀਆਂ ਭੈਣਾਂ ਆ, ਠੀਕ ਆ, ਕਿਸੇ ਨੂੰ ਮੇਰੇ ਵੱਲੋਂ ਹੈਲੋ ਦਾ ਵੀ ਮੈਸੇਜ, ਕੋਈ ਵੀ ਮੈਸੇਜ ਨਹੀਂ ਜਾਊਗਾ। ਜੇ ਤੁਹਾਨੂੰ ਮੈਸੇਜ ਆਉਂਦਾ ਵਾ ਮੇਰੀ ਆਈ ਡੀ ਤੋਂ ਜਾਂ ਕਿਸੇ ਵੀ ਆਈ ਡੀ ਤੋਂ ਮੇਰੇ ਨਾਂ ਦੀ ਆਈ ਡੀ ਬਣਾ ਕਰਦਾ ਜਾਂ ਮੇਰੀ ਫੋਟੋ ਲਾਇਆ ਕਰਦਾ, ਸਮਝ ਲਓ ਉਹ ਫੇਕ ਆ। ਉਹ ਜੇ ਪੈਸੇ ਮੰਗਦਾ ਤੁਸੀਂ ਕੱਲ੍ਹ ਨੂੰ ਪੈਸੇ ਦੇ ਦਿੰਦੇ ਜਾਂ ਤੁਸੀਂ ਗੱਲ ਕਰਦੀਆਂ, ਜੇ ਤੁਹਾਡੇ ਨਾਲ ਕੁਛ ਫਰੋਡ ਕਰਦਾ ਵਾ ਉਹਦੇ ਜ਼ਿੰਮੇਵਾਰ ਤੁਸੀਂ ਖੁਦ ਹੋਊਗੀਆਂ। ਖਾਸ ਕਰਕੇ ਕੁੜੀਆਂ ਸੁਣ ਲਓ ਇਹ ਗੱਲ, ਮੇਰੇ ਵੱਲੋਂ ਮੇਰੀਆਂ ਸਾਰੀਆਂ ਭੈਣਾਂ, ਮੈਂ ਕਦੀ ਕਿਸੇ ਨੂੰ ਮੈਸੇਜ ਨਹੀਂ ਕੀਤਾ ਨਾ ਹੀ ਮੈਂ ਕਰੂੰਗਾ, ਠੀਕ ਹੈ। ਇਹ ਜ਼ਰੂਰੀ ਸੂਚਨਾ ਹੀ, ਹੱਥ ਜੋੜ ਕੇ ਬੇਨਤੀ ਸਮਝ ਲਓ। ਬਾਅਦ ਵਿੱਚ ਇੱਥੇ ਆ ਕੇ ਜਾਂ ਮੈਸੇਜ ਗਾਂ ਦੀਆਂ ਸਨਾਹ ਲਾ ਕੇ ਸਾਡੇ ਕੋਲ ਉਹ ਮੁੰਡਾ ਇੰਨੇ ਪੈਸੇ ਖਾ ਗਿਆ, ਢਿੱਲੋ ਦੀ ਫੇਕ ਆਈ ਡੀ ਬਣਾਈ ਸੀ, ਸਾਨੂੰ ਨਹੀਂ ਪਤਾ ਸੀ ਫੇਕ ਆਈ ਡੀ, ਜੇ ਉਹ ਅੱਜ ਕੱਲ੍ਹ ਕੋਈ ਡਾ ਮੂਰਖ ਨਹੀਂ ਹੁੰਦਾ, ਚਾਦਰ ਤਾਂ ਸਾਰੇ ਵੇਲੇ ਬਣਦੇ ਆ, ਠੀਕ ਆ। ਅਤੇ ਧਿਆਨ ਰੱਖਿਆ ਕਰੋ ਆਪਣਾ, ਬਾਅਦ 'ਚੋਂ ਜਦੋਂ ਆਉਂਦੇ ਹੁੰਦੇ ਨਾ ਪੈਸੇ ਅਗਲਾ ਲੈ ਜਾਂਦਾ ਜਾਂ ਕੁਛ ਵੀ ਹੈ, ਤਾਂ ਫਿਰ ਤੁਸੀਂ ਕਹਿ ਦਿੰਦੇ ਸਾਡੇ ਕੋਲ ਪੈਸੇ ਲੈ, ਜੇ ਕੀਤਾ ਉਹ ਕੀਤਾ, ਉਦੋਂ ਤੋਂ ਜਦੋਂ ਗੱਲ ਕਰਨੀ ਉਦੋਂ ਬੰਦਾ ਪੁੱਛ ਪੁੱਤ ਲਗਾ ਕੇ ਕਰੇ ਗੱਲ, ਠੀਕ ਹੈ। ਬਾਅਦ 'ਚੋਂ ਪਛਤਾਏ ਦਾ ਕੋਈ ਫਾਇਦਾ ਨਹੀਂ ਹੈ। ਫਿਰ ਬਾਅਦ 'ਚੋਂ ਮੈਨੂੰ ਮੈਸੇਜ ਕਰੀ ਜਾਣਗੇ, ਮੇਰੇ ਆਪਣੇ ਮੈਨੇਜਮੈਂਟ ਨੰਬਰ 'ਤੇ ਕਰੀ ਜਾਣਗੇ, ਉਹ ਮੁੰਡਾ ਸਾਡੇ ਕੋਲ ਪੈਸੇ ਲੈ ਗਿਆ, ਉਹਨੇ ਮੈਨੂੰ ਵਿਆਹ ਦੇ ਲਾਏ ਲਾ, ਅਤੇ ਸਾਰੀਆਂ ਮੇਰੀਆਂ ਭੈਣਾਂ ਵਾ, ਠੀਕ ਆ। ਕਿਸੇ ਨੂੰ ਮੈਂ ਮੈਸੇਜ ਨਹੀਂ ਕਰਦਾ ਨਾ ਹੀ ਮੈਂ ਕਰੂੰਗਾ, ਜੇ ਆਉਂਦਾ ਵਾ ਸਮਝ ਲਓ ਫੇਕ ਆ। ਅਤੇ ਲਵ ਯੂ ਆ ਸਾਰਿਆਂ ਨੂੰ, ਬਚੋ ਇਹੋ ਜਿਹੇ ਬੰਦਿਆਂ ਤੋਂ। ਰੈਸਪੀ ਤੈਨੂੰ ਸਾਰੀ ਸਿਖਾ ਦੇਣੀ ਚਾਚੇ ਨੇ ਗੁਰੀ, ਠੀਕ ਹੈ। ਪਰ ਆਉਂਦੇ ਹੁੰਦੇ ਨਾ ਹੱਥਾਂ ਦੇ ਵਿੱਚ ਇੱਕ ਬਖਸ਼ ਹੁੰਦੀ ਆ, ਕਿ ਜਿਹੜੀ ਚੀਜ਼ ਜਿਹੜੇ ਬੰਦੇ ਕੋਲ ਹੱਥਾਂ 'ਚ ਸਵਾਦ ਬਣਦੀ ਉਹਦੀ ਬਣਨੀ ਹੈ, ਕਿ ਉਹਨਾਂ ਨੂੰ ਬਾਦਸ਼ਾਹ ਦਬਾਬ ਕਿਲਰ ਜਾਣਾ ਪਿੰਡ ਨਾ ਗਲਾਰਾ ਬਾਈ ਮੰਨੇ ਦੇ ਚਾਚੇ ਕੋ ਪਿੰਡੋ ਲੈ ਕੇ ਆਏ, ਰੋਟੀ ਖਾਵਾਂ ਚੱਲਣ ਡਿਆ ਇਹ, ਨਾਨੂ ਕਹਿੰਦਾ ਮੈਂ ਖਾਣਾ ਨੀ, ਤੈਨੂੰ ਵੇਖ ਲੈਂਦਾ ਵੀ ਕਿੱਲੀ ਆਉਂਦਾ ਜੀ, ਮੈਨੂੰ ਲੱਗਾ ਸ਼ਾਇਦ ਜੀ ਨੇ ਵੱਟ ਕੱਢੇ ਪੂਰੇ ਦੇ ਪਿੰਡ ਆਪਣੇ ਵਾਲੇ ਕਿੱਡੇ ਕਾਲੇ ਪੈਰ ਆਉਂਦੇ ਕੁੜੀ ਹੋਵੇ ਤੁਹਾਡੇ ਪਰ ਮੈਂ ਇੱਧਰ ਨੀ ਸੋਚਿਆ, ਮੈਂ ਇਹਨਾਂ ਨੂੰ ਉਸਤਾਦ ਸੋਚੀ ਆ, ਜਿਹੜਾ ਆਪਣਾ ਪਾਰਕ ਹੈ ਨਾ, ਪਾਰਕ ਦੀ ਬੈਕ ਸਾਈਡ ਤੇ ਪਰਲੇ ਪਾਸੇ ਬੱਚੇ ਵਾਲੇ ਪਾਸੇ ਤੇਰੇ ਆਸ਼ਕ ਦੇ ਸਿਰ ਜਿੱਦਾਂ ਡੌਲਾ ਜੱਟ ਦਾ ਉਸਤਾਦ ਆਪਣਾ ਹੈ, ਉਸਤਾਦ ਤੇ ਉਸਤਾਦ ਹੀ ਆ ਇਹ। ਉਸਤਾਦ ਦੀ ਮੈਂ ਤੁਹਾਨੂੰ ਸਾਰੀ ਕਹਾਣੀ ਸੁਣਾਉ, ਕਿੱਦਾਂ ਮਿਲਿਆ ਸੀ, ਕਿੱਦਾਂ ਕਿੱਦਾਂ ਕੀ ਹੋਇਆ, ਤੇ ਮੈਂ ਉਸਤਾਦ ਕਿਉਂ ਕਹਿੰਦਾ ਵਾ, ਅਤੇ ਮੇਰੀ ਬਾਂਹ 'ਤੇ ਸਤਨਾਮੇ ਦਾ ਟੈਟੂ ਕਿਉਂ ਆ, ਉਹਦੀ ਵੀ ਵਜ੍ਹਾ ਬੜੀ ਤਕੜੀ ਆ। ਬਾਕੀ ਚਾਚੇ ਦੇ ਹੱਥਾਂ ਦਾ ਖਾਈਏ ਪਨੀਰ, ਯਾਰ ਨਹੀਂ ਲੱਭਦੇ, ਯਾਰ ਭਰਾ ਨਹੀਂ ਲੱਭਦੇ, ਹੈਂ ਚਾਚਾ? ਹੁਣ ਤੁਸੀਂ ਕਹਿਣਾ ਰੱਜਿਆ ਗੱਲਾਂ ਕਰਦਾ ਜੀ, ਹੈਂ ਇਹ ਮੇਰਾ ਭਰਾ ਚਲ ਗਿਆ ਵਾ, ਇਹਦੀਆਂ ਯਾਦਾਂ ਰਹਿ ਗਈਆਂ ਮੇਰੇ ਕੋਲ, ਇਹ ਥੋੜ੍ਹੀ ਹੈਗਾ ਆ, ਹੈਂ ਹੈਂ ਲੱਤਾਂ ਕਿਉਂਕਿ ਆਪ ਮਾਲਿਸ਼ ਕਰ ਲਾਂਗੇ, ਵਾਲ ਤੋੜ ਹੋ ਜੇ ਬਾਪੂ ਕਿੱਥੇ ਕੁੱਤੇ ਹੱਡ ਦੀ ਕੇਅਰ ਕਰਨੀ ਪੈਂਦੀ, ਆਪਣੇ ਬਿਸਤਰੇ ਦੀ ਵਿਛਾਣੇ ਕੁੱਤੇ ਦੇ ਬਿਸਤਰੇ ਵਿਛਾ ਦੇ ਉੱਧਰ ਵੇਲ ਨਾਲ
ਆਪਣੀ ਕਦੇ ਚਾਦਰ ਨਹੀਂ ਇਕੱਠੀ ਕੀਤੀ ਨੀ ਬਾਪੂ ਨੇ ਕਿਧਰੇ ਫਿਰਦਾ ਸੱਚੀ ਨਾਲ ਛੱਡਦੀ ਸਾਲੇ ਨਨੂ ਲੱਗੀ ਭੁੱਖ ਜਾਈ ਨਨੂ ਕਦੀ ਬਾਹਰ ਜਾਂਦਾ ਕਦੀ ਅੰਦਰ ਆਉਂਦਾ ਟਾਈਮ ਤੇ ਪਤਾ ਲੱਗਣਾ ਡਾਰਲਿੰਗਾਂ ਨੂੰ ਪਾਣੀ ਦੇ ਵਿੱਚ ਬਾਲਿਆ ਪੋਲਾ ਕੀਤਾ ਹਨਾ ਸੋਫਟ ਹੋ ਗਿਆ ਲੱਗ ਗਿਆ ਤੜਕਾ ਮਿੱਤਰੋ ਚਾਚੇ ਕੋਲ ਰੈਸਪੀਆਂ ਸਿੱਖਣੀਆਂ ਦੋ ਤਿੰਨ ਮੈਂ ਬਸ ਚਾਚੇ ਵਾਲੀ ਗੱਲ ਨਹੀਂ ਬਣਨੀ ਇਹ ਮੈਨੂੰ ਪਤਾ ਪਰ ਕਦੇ ਵੇਲੇ ਕਿ ਲੋੜ ਪੈ ਸਕਦੀ ਕਿਉਂ ਚਾਚਾ ਇੱਕ ਪਨੀਰ ਦੀ ਤੇ ਇੱਕ ਚਿਕਨ ਵਾਲੀ ਚਿਕਨ ਆਪਾਂ ਬਣਾਉਣਾ ਕਰ ਪਰਸੋਂ ਤੱਕ ਨਾ ਫਿਰ ਰਾਤ ਬਹਿ ਨੇ ਚਾਚੇ ਨੇ ਹੁਣ ਸ਼ਾਮ ਵਾਲੀ ਸਵੇਰ ਵਾਲੀ ਸ਼ਿਫਟ ਹੈਗੀ ਆ ਹੁਣ ਤੇ ਆ ਗਏ ਰਾਤ ਸਵੇਰ ਵਾਲੀ ਸ਼ਿਫਟ ਹੁਣ ਬਸ ਠੀਕ ਹੈ ਇੱਕ ਹਫ਼ਤਾ ਪਾ ਮੇਰਾ ਵੀਰ ਇੱਚ ਵੇ ਭੁਰੀ ਜਾਣ ਡਿਆ ਉਹ ਚੱਤਾ ਹੀ ਖਾਧਾ ਜਾਣਾ ਗੁਰੂਆ ਦੇਖੀ ਤੂੰ ਬਣਦਾ ਕੀ ਤੈਨੂੰ ਚਿਕਨ ਚਿਕਨ ਦਾ ਲੱਭਾ ਕੋਲ ਨੀ ਚਿਕਨ ਦਾ ਫੇਰ ਰਹਿ ਗਿਆ ਤੇ ਹੋਰ ਗੁਰੂਆ ਲਾ ਵੀ ਰੋਟੀ ਪੁੱਟਦੀ ਲੈਂਟਰ ਸਾਲਾ ਕਿਥੇ ਨੀਆਂ ਦੇ ਵਿੱਚ ਭੈਣ ਚੋਂ ਨੀਆਂ ਨੀ ਪੁੱਟੀਆਂ ਜਾਂਦੀਆਂ ਬੰਦਿਆਂ ਡੇ ਕਿਤੇ ਹੈਂ ਮੈਂ ਪਤਾ ਕਰਨਾ ਜਿਹੜੇ ਭਰਾ ਆਇਆ ਕਰਨੇ ਨਾ ਮਿਲ ਮੈਂ ਲਾਇਆ ਕਰਨਾ ਨਾਲ ਮੈਂ ਕਹਿੰਦਾ 15-15 ਮਿੰਟ ਲਵਾ ਕੇ ਜਾਓ ਮੇਰੇ ਭਰਾ ਸੇਵਾ ਹੀ ਜੇ ਬੰਦੇ ਨੀ ਲੱਭਣ ਦੇ ਨਾਲ ਆਪ ਲੱਗਿਆ ਕਰੋ ਨਾਲ ਦੇ ਨਾਲ ਕਹਿਣਾ 10-10 ਮਿੰਟ ਆ ਜਾਓ ਮੇਰਾ ਭਰਾ ਹੈ ਇੱਕ ਇੱਕ ਰੀਲ ਸਾਰਿਆਂ ਨੂੰ ਫਰੀ ਜਾਓ ਦੇ ਦੇ ਗੁਲਾਬ ਜਾਮ ਨੂੰ ਦੇ ਦੇ ਯਾਰ ਇੱਕ ਗੁਲਾਬ ਜਾਮ ਨੂੰ ਸਾਰਿਆਂ ਨੂੰ ਗੁਲਾਬ ਦੇਵਾਂਗੇ ਆਪਾਂ ਜਾਮ ਨੂੰ ਦੇ ਨਾਲ ਗੁਲਾਬ ਜਾਮ ਨੂੰ ਸਵਾਦ ਹੀ ਬੜਾ ਇਸ ਤਰ੍ਹਾਂ ਦੇ ਇੱਕ ਹੋਰ ਯਾਰ ਅੱਗ ਦੀ ਡਿਕਸ਼ਨ ਬੜੀ ਹੈ ਨਾ ਚਾਚਾ ਹੈ ਹਲਾ ਸਵਾਦ ਬਣਾਉਂਦਾ ਸਿੱਕਣ ਦਾ ਚਾਚਾ ਕੀ ਹੋ ਗਿਆ ਤੂੰ ਡੱਬਾ ਫੜਾ ਮੇਰਾ ਕਾਲਾ ਹੋਣਾਈ ਗੁਲਾਬ ਜਾਮ ਖਾ ਕੇ ਪਰੋਸੇਰੇ ਤੈਨੂੰ ਟੋਜਨ ਲੈ ਕੇ ਆਉਣਾਈ ਠੀਕ ਹੈ ਚਾਚਾ ਜੇ ਹੋਏ ਵਿਹਲੇ ਆਇਆ ਤਾਂ ਸਵੇਰੇ ਆਪਾਂ ਟੋਜਨ ਮੁਕਾਬਲਾ ਕਰਾਉਣਾ ਵਿਹਲੇ ਹੁਣ ਕਿਹੜੀ ਚੀਜ਼ ਦਾ ਕਰਾਉਂਦੇ ਹਾਂ ਹੈਂ ਕੀ ਤਾਂ ਬੰਦਿਆਂ ਦਾ ਨਹੀਂ ਕਰਾ ਦੇਣਾ ਆਪਾਂ ਇੱਥੇ ਸਵੇਰੇ ਤੁਹਾਨੂੰ ਕੱਲ੍ਹ ਵੇਖਣ ਨੂੰ ਮੈਨੂੰ ਟੋਚਣ ਵਾਲਾ ਵਲੋਗ ਆ ਵੇਖੋ ਕਿਹੜੀ ਚੀਜ਼ ਦਾ ਪੈਂਦਾ ਹੁਣ ਕੱਲ੍ਹ ਨੂੰ ਰਜਾਈ ਲਈ ਨਾਪ ਆਪਾਂ ਕਮਰੇ 'ਚ ਆ ਕੇ ਅਤੇ ਹੁਣ ਤੁਹਾਡੇ ਵਾਸਤੇ ਕਰਾਂਗੇ ਵਲੋਗ ਐਡਿਟ ਅਤੇ ਸੋ ਕਮੈਂਟ ਮੈਂ ਪੜ੍ਹਦਾ ਰਹਿੰਦਾ ਸਾਰੇ ਭਰਾਵਾਂ ਦੇ ਇੱਕ ਚੀਜ਼ ਕੱਲ੍ਹ ਤੋਂ ਹੋਰ ਤੁਹਾਡੇ ਵਾਸਤੇ ਵਧੀਆ ਕਰ ਦੇਣੀ ਕਿ ਜਿਹੜੇ ਕਮੈਂਟ ਪੜ੍ਹਿਆ ਕਰਨੇ ਆ ਜਿਹੜੇ ਕਮੈਂਟ ਵਧੀਆ ਲੱਗਦੇ ਉਹਨਾਂ ਨੂੰ ਲਾਈਕ ਵੀ ਕਰਿਆ ਕਰਾਂਗੇ ਅਤੇ ਜਿਹੜੇ ਕਮੈਂਟਾਂ ਦਾ ਜਵਾਬ ਦੇਣਾ ਬਣਦਾ ਵਾ ਜਿਹਨਾਂ ਤੋਂ ਤਕਰੀਬਨ ਸਾਰਿਆਂ ਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲੇ ਠੀਕ ਹੈ ਮੈਨੂੰ ਤਾਂ ਮਿਲਦਾ ਹੀ ਮਿਲਦਾ ਕਮੈਂਟ ਪੜ੍ਹ ਕੇ ਮੈਨੂੰ ਵੀ ਕਈ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਵਧੀਆ ਲੱਗਦੇ ਉਹ ਚੀਜ਼ਾਂ ਜਿਹੜੀਆਂ ਗੰਦਵਾਉਂਦੇ ਹੁੰਦੇ ਨੇ ਕਮੀਆਂ ਪੇਸ਼ੀਆਂ ਕੋਈ ਵੀ ਹੁੰਦੀਆਂ ਉਹ ਵੀ ਆਪਾਂ ਸਹੀ ਕਰੀ ਦੀਆਂ ਆਪਣੀਆਂ ਅਤੇ ਬਾਕੀ ਘੈਂਟ ਘੈਂਟ ਵਲੋਗ ਜਿੱਦਾਂ ਵੀਰਾਂ ਦੀ ਡਿਮਾਂਡ ਆਉਣ ਡਈ ਆ ਟਰੈਕਟਰ ਦਾ ਥਾਰ ਦਾ ਟੋਚਣ ਵਾਲਾ ਉਹ ਇਸ ਹਫ਼ਤੇ 'ਚ ਲੈ ਕੇ ਆਵਾਂਗੇ ਉਹਨਾਂ ਤਿੰਨਾਂ 'ਚ ਕੋਈ ਇੱਕ ਵਲੋਗ ਤਾਂ ਜ਼ਰੂਰ ਲੈ ਕੇ ਆਵਾਂਗੇ ਬਾਕੀ ਸਾਰੇ ਦਿਨ ਦਾ ਵਲੋਗ ਬਣਾਈਦਾ ਵਾ ਉਹਦੇ ਵਿੱਚ ਇੱਕ ਤੁਹਾਡਾ ਸਾਰਿਆਂ ਦਾ ਇੰਟਰਟੇਨਮੈਂਟ ਹੋ ਜਾਂਦਾ ਸਾਰੇ ਦਿਨ ਵਾਲੇ ਵਲੋਗ 'ਚ ਜੇ ਕਨਸੈਪਟ ਵਾਲਾ ਵਲੋਗ ਲਿਆਵਾਂਗੇ ਥਾਰ ਦਾ ਇਕੱਲੀ ਥਾਰ ਦਾ ਬਣਾ ਕੇ ਉਹ ਕਨਸੈਪਟ ਬਣ ਜਾਣਾ ਉਹਦੇ ਵਿੱਚ ਤੁਹਾਨੂੰ ਹਾਸਾ ਮਜਾ ਕੇ ਵੇਖਣ ਨੂੰ ਇੰਨਾ ਮਿਲਣਾ ਨਹੀਂ ਤਾਂ ਕਰਕੇ ਕਨਸੈਪਟ ਵਾਲੇ ਆਪਾਂ ਘੱਟ ਬਣਾਈਦੇ ਆ ਫੁੱਲ ਡੇ ਵਲੋਗ ਬਣਾਉਣ ਦਾ ਕਾਰਨ ਇਹ ਆ ਕਿ ਤੁਹਾਨੂੰ ਉਹਦੇ ਵਿੱਚ ਹਾਸਾ ਮਜਾਕ ਜ਼ਿਆਦਾ ਵੇਖਣ ਨੂੰ ਮਿਲ ਜਾਂਦਾ ਸੋ ਲਵ ਯੂ ਮਿੱਤਰੋ ਇੱਦਾਂ ਹੀ ਪਿਆਰ ਕਰਦੇ ਰਹੋ ਅਸੀਂ ਇੱਦਾਂ ਹੀ ਵਲੋਗ ਬਣਾਉਂਦੇ ਰਹਾਂਗੇ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਦੱਬ ਕੇ ਜੇ ਕੋਈ ਚੀਜ਼ ਚੰਗੀ ਲੱਗੀ ਇਹਨੂੰ ਅੱਗੇ ਸ਼ੇਅਰ ਕਰਦਿਆ ਕਰੋ ਅਤੇ ਇੰਸਟਾਗ੍ਰਾਮ 'ਤੇ ਅਤੇ ਸਨੈਪਚੈਟ 'ਤੇ ਜਦੋਂ ਤੁਸੀਂ ਵਲੋਗ ਵੇਖ ਕੇ ਇੱਧਰੋਂ ਵਿਹਲੇ ਹੋ ਜਾਓ ਅਤੇ ਉੱਧਰ ਵੀ ਗੇੜਾ ਮਾਰਿਆ ਕਰੋ ਜਾ ਕੇ ਉੱਧਰ ਵੀ ਕੁਛ ਨਾ ਕੁਛ ਅਸੀਂ ਪਾਉਂਦੇ ਰਹਿੰਦੇ ਘੈਂਟ ਘੈਂਟ ਚੀਜ਼ਾਂ ਅਤੇ ਪਾਏ ਪਾਏ ਜੀਂਦੇ ਵੱਸਦੇ ਰਹੋ ਖੁਸ਼ ਰਹੋ ਅਤੇ ਨਜ਼ਾਰੇ ਲਓ